ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮੋਹਿਤ ਰਿਸ਼ੀ ਅੱਜ ਤੁਹਾਡੇ ਸਾਹਮਣੇ ਚਾਰ ਲਾਈਨਾਂ ਪੇਸ਼ ਕਰਨ ਜਾ ਰਿਹਾ ਜਿਸ ਦਾ ਸ਼ੀਰਸ਼ਕ ਆ ਕੋਰੋਨਾ ਦਾ ਕਹਿਰ। ਜ਼ਿੰਦਗੀ ਵਿੱਚ ਮੌਤ ਦਾ ਕਹਿਰ ਅੱਜ ਚੱਲਿਆ ਏ, ਜ਼ਿੰਦਗੀ ਵਿੱਚ ਮੌਤ ਦਾ ਕਹਿਰ ਅੱਜ ਚੱਲਿਆ ਏ, ਪਤਾ ਨਹੀਂ ਰੱਬ ਨੇ ਕੋਰੋਨਾ ਕਿਉਂ ਘੱਲਿਆ ਏ। ਮੌਤ ਦਾ ਨਾਚ ਨਚਾ ਕੇ ਕੋਰੋਨਾ ਨੇ ਘਰ ਮੱਲਿਆ ਏ, ਮੌਤ ਦਾ ਨਾਚ ਨਚਾ ਕੇ ਕੋਰੋਨਾ ਨੇ ਘਰ ਮੱਲਿਆ ਏ, ਪਤਾ ਨਹੀਂ ਰੱਬ ਨੇ ਕੋਰੋਨਾ ਕਿਉਂ ਘੱਲਿਆ ਏ। ਜਿਉਣ ਦਾ ਪਤਾ ਨਹੀਂ ਅੱਗੇ ਕੀ ਹੋਣਾ, ਜਿਉਣ ਦਾ ਪਤਾ ਨਹੀਂ ਅੱਗੇ ਕੀ ਹੋਣਾ, ਇੱਕੋ ਮੌਤ ਦਾ ਦਰਵਾਜ਼ਾ ਖੁੱਲ੍ਹਿਆ ਏ, ਪਤਾ ਨਹੀਂ ਰੱਬ ਨੇ ਕੋਰੋਨਾ ਕਿਉਂ ਘੱਲਿਆ ਏ। ਅਮੀਰਾਂ ਲਈ ਐਸ਼ ਖਾਂਦੇ ਪੂੜੀ ਅਤੇ ਕਚੋਰੀ ਨੇ, ਅਮੀਰਾਂ ਲਈ ਐਸ਼ ਖਾਂਦੇ ਪੂੜੀ ਅਤੇ ਕਚੋਰੀ ਨੇ, ਅਤੇ ਰੋਟੀ ਲਈ ਗਰੀਬ ਥਾਂ ਥਾਂ ਰੁਲਿਆ ਏ, ਪਤਾ ਨਹੀਂ ਰੱਬ ਨੇ ਕੋਰੋਨਾ ਕਿਉਂ ਘੱਲਿਆ ਏ। ਬੜੀਆਂ ਕੋਸ਼ਿਸ਼ਾਂ ਅਤੇ ਯਤਨ ਕੀਤੇ, ਬੜੀਆਂ ਕੋਸ਼ਿਸ਼ਾਂ ਅਤੇ ਯਤਨ ਕੀਤੇ, ਹਲੇ ਤੱਕ ਨਾ ਹੱਲ ਕੋਈ ਮਿਲਿਆ ਏ, ਪਤਾ ਨਹੀਂ ਰੱਬ ਨੇ ਕੋਰੋਨਾ ਕਿਉਂ ਘੱਲਿਆ ਏ। ਅੰਤ ਮੌਤ ਤਾਂ ਸਭ ਨੂੰ ਆਉਣੀ, ਅੰਤ ਮੌਤ ਤਾਂ ਸਭ ਨੂੰ ਆਉਣੀ, ਫਿਰ ਵੀ ਜ਼ਿੰਦਗੀ ਨੂੰ ਬਚਾਉਣ ਲਈ ਦੇਸ਼ ਦਾ ਵਾਰੀਅਰ ਤੁਰ ਚੱਲਿਆ ਏ, ਪਤਾ ਨਹੀਂ ਰੱਬ ਨੇ ਕੋਰੋਨਾ ਕਿਉਂ ਘੱਲਿਆ ਏ, ਪਤਾ ਨਹੀਂ ਰੱਬ ਨੇ ਕੋਰੋਨਾ ਕਿਉਂ ਘੱਲਿਆ ਏ। ਮੇਰੀ ਆਖਰੀ ਅਪੀਲ ਸਾਰਿਆਂ ਨੂੰ, ਘਰ ਰਹੋ, ਸੁਰੱਖਿਅਤ ਰਹੋ, ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।